ਨਫ਼ਰਤ ਵਾਸਤੇ ਇੱਥੇ ਕੋਈ ਥਾਂ ਨਹੀਂ ਹੈ ਪੀਸੀ ਵਿੱਚ ਰਹਿਣ ਵਾਲੇ ਹਰ ਵਿਅਕਤੀ ਨੂੰ ਮੂਲ ਅਧਿਕਾਰ ਹੈ ਕਿ ਉਹ ਸੁਰੱਖਿਅਤ ਮਹਿਸੂਸ ਕਰੇ ਤੇ ਆਪਣੇ ਸਮਾਜ ਵਿੱਚ ਹਿੱਸਾ ਲਵੇ ਕਿਰਣਾ ਦੇ ਕਾਰਨ ਕੀਤਾ ਗਿਆ ਅਫਰਾਦ ਕਈ ਤਰੀਕਿਆਂ ਨਾਲ ਸਾਹਮਣੇ ਆ ਸਕਦਾ ਹੈ ਜਿਵੇਂ ਕਿ ਸਰੀਰਕ ਹਮਲਾ ਉਹਨਾਂ ਵਿੱਚੋਂ ਇੱਕ ਹੈ ਜੋ ਸਾਫ਼ ਨਜ਼ਰ ਆਉਂਦਾ ਹੈ ਦੂਜੇ ਪੱਖ ਵੀ ਹੋ ਸਕਦੇ ਹਨ ਜਿਵੇਂ ਜਾਇਦਾਦ ਦਾ ਨੁਕਸਾਨ ਜਾਂ ਮਾਨਸਿਕ ਪਰੇਸ਼ਾਨੀ ਕਈ ਅਪਰਾਧ ਦੇਖਣ ਵਿੱਚ ਭਾਵੇਂ ਮਾਮੂਲੀ ਲੱਗਣ ਪਰ ਅਸਲ ਵਿੱਚ ਮੁਕੱਦਮਾ ਕਰਨ ਯੋਗ ਹੁੰਦੇ ਹਨ ਜੇ ਤੁਸੀਂ ਕਿਰਨਾ ਦੇ ਅਪਰਾਧ ਦੇ ਗਵਾਹ ਹੋ ਤਾਂ ਹਮੇਸ਼ਾ ਆਪਣੀ ਸੁਰੱਖਿਆ ਦਾ ਧਿਆਨ ਰੱਖਦੇ ਹੋਏ ਮਦਦਗਾਰ ਦਾ ਸਾਥ ਦਿਓ ਗਵਾਹਾਂ ਨੂੰ ਸਾਥ ਜੋੜਨ ਦੀ ਕੋਸ਼ਿਸ਼ ਕਰੋ ਲੋਕਾਂ ਦੀ ਗਿਣਤੀ ਵਿੱਚ ਸ਼ਕਤੀ ਹੁੰਦੀ ਹੈ ਸਾਰੇ ਸਬੂਤ ਇਕੱਠੇ ਕਰਕੇ ਲਿਖੋ ਤੇ ਉਹ ਮਦਦਗਾਰ ਦੇ ਨਾਲ ਸਾਂਝੇ ਕਰੋ। Okay, I can send it to you. I have it there on video. ਜੇ ਤੁਸੀਂ ਕਿਰਨਾ ਦੇ ਕਾਰਨ ਅਪਰਾਧ ਦਾ ਸ਼ਿਕਾਰ ਹੋ ਤੇ ਉਸ ਬਾਰੇ ਦੱਸਣ ਵਿੱਚ ਸੁਰੱਖਿਅਤ ਮਹਿਸੂਸ ਕਰਦੇ ਹੋ ਤਾਂ ਮਦਦ ਮੰਗਣ ਵਿੱਚ ਸੰਕੋਚ ਨਾ ਕਰੋ। ਘਟਨਾ ਬਾਰੇ ਲਿਖ ਕੇ ਰੱਖੋ ਤੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਇਤਲਾਹ ਕਰੋ। Sure, okay. ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਤੇ ਇਕੱਠੇ ਹੋ ਕੇ ਨਸਲਵਾਦ ਤੇ ਕਿਰਨਾ ਦੇ ਅਪਰਾਧ ਦਾ ਅੰਤ ਕਰਨ ਦੀ ਲੋੜ ਹੈ। ਹੋਰ ਜਾਣਕਾਰੀ ਵਾਸਤੇ www.resiliencebcnetwork.ca ਤੇ ਜਾਓ